ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਰੋਤਿਆਂ ਨੂੰ, ਮੇਰੇ ਵੀਰਾਂ ਨੂੰ, ਫੇਸਬੁੱਕ ਵਾਲੇ ਵੀਰਾਂ ਨੂੰ, ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਪੰਜਾਬੀ ਕਲਾਕਾਰ ਸੋਨੂ ਸਿੰਘ ਰੱਗੀਏ ਤੋਂ ਬੋਲ ਰਿਹਾ। ਔਰ ਜੋ ਕੋਰੋਨਾ ਦੀ ਬਿਮਾਰੀ ਬੜੀ ਭਿਆਨਕ ਤਰੀਕੇ ਨਾਲ ਫੈਲ ਰਹੀ ਹੈ, ਉਸ ਦੇ ਸੰਬੰਧ ਵਿੱਚ ਮੇਰੇ ਵੱਡੇ ਭਾਅ ਜੀ ਜੇਪੀ ਸਿੰਘ ਖਰਲਾਂ ਵਾਲੇ ਗੁਰਦਾਸਪੁਰ ਨੇ ਇੱਕ ਗੀਤ ਲਿਖਿਆ। ਉਹ ਗੀਤ ਮੈਂ ਤੁਹਾਡੀ ਨਜ਼ਰ ਕਰ ਰਿਹਾ, ਉਹਨਾਂ ਲਿਖਿਆ ਬਹੁਤ ਵਧੀਆ, ਬਹੁਤ ਹੀ ਵਧੀਆ, ਅਤੇ ਮੈਂ ਨਿਗੁਣੀ ਜੀ ਕੋਸ਼ਿਸ਼ ਕਰ ਰਿਹਾ ਗਾ ਕੇ, ਕਿ ਤੁਸੀਂ ਫਿਰ ਕਮੈਂਟ ਰਾਹੀਂ ਦੱਸਿਓ ਭਾਅ ਜੀ ਨੂੰ ਜਾਂ ਮੈਨੂੰ ਵੀ ਕਿਸ ਤਰ੍ਹਾਂ ਦਾ ਲੱਗਾ, ਕਿਉਂਕਿ ਇਹ ਬਿਮਾਰੀ ਬੜੀ ਭੈੜੀ ਹੈ। ਕਈਆਂ ਨੂੰ ਨਹੀਂ ਵੀ ਸਮਝੇ, ਕਈਆਂ ਨੂੰ ਸਮਝਿਆ, ਅਤੇ ਭਾਅ ਜੀ ਨੇ ਬੜੇ ਤਰੀਕੇ ਨਾਲ ਲੈ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਮੈਂ ਆਸ ਕਰਦਾ ਕਿ ਸਾਰਿਆਂ ਨੂੰ ਸਮਝ ਆਏਗੀ। ਹੋ ਸਮਝਦਾਰ ਸਿਆਣੀ ਬਣ ਜਾਓ, ਸਾਰੇ ਬੀਬੇ ਰਾਣੀ ਬਣ ਜਾਓ। ਕੈਰ ਕਰੋਨਾ ਦਾ ਵੱਧਦਾ ਜਾਂਦਾ, ਘਰਾਂ ਦੇ ਵਿੱਚ ਨਮਾਣੀ ਬਣ ਜਾਓ। ਦਿਲ ਫੁੱਲ ਸਭ ਨੂੰ ਮਿਲ ਜਾਵੇਗਾ, ਦਿਲ ਫੁੱਲ ਸਭ ਨੂੰ ਮਿਲ ਜਾਵੇਗਾ। ਫਿਕਰ ਨਾ ਕਰੀਏ ਰਾਸ਼ਨ ਦਾ, ਉਹ ਪਹਿਲਾਂ ਫਰਜ਼ੀਏ ਬਣਦਾ ਸਾਡਾ, ਸਾਥ ਦਈਏ ਪ੍ਰਸ਼ਾਸਨ ਦਾ। ਉਹ ਪਹਿਲਾਂ ਫਰਜ਼ੀਏ ਬਣਦਾ ਸਾਡਾ, ਸਾਥ ਦਈਏ ਪ੍ਰਸ਼ਾਸਨ ਦਾ। ਸਾਰੇ ਸਾਥ ਦਿਓ ਪ੍ਰਸ਼ਾਸਨ ਦਾ। ਚੌਵੀ ਘੰਟੇ ਡਿਊਟੀ ਉੱਤੇ ਸਾਰੇ ਪੁਲਿਸ ਦੇ ਕਰਮੀ, ਉਹ ਕੁੰਡੇ ਮਾਰ ਕੇ ਅੰਦਰ ਵੜ ਗਏ ਵੱਡੇ ਵੱਡੇ ਧਰਮੀ। ਕੁੰਡੇ ਮਾਰ ਕੇ ਅੰਦਰ ਵੜ ਗਏ ਵੱਡੇ ਵੱਡੇ ਧਰਮੀ। ਔਖੇ ਵੇਲੇ ਕੌਣ ਆਇਆ ਕੰਮ, ਔਖੇ ਵੇਲੇ ਕੌਣ ਆਇਆ ਕੰਮ। ਮੌਕਾ ਨਹੀਂ ਤਲਾਸ਼ਣ ਦਾ, ਪਹਿਲਾਂ ਫਰਜ਼ੀਏ ਬਣਦਾ ਸਾਡਾ, ਸਾਥ ਦਈਏ ਪ੍ਰਸ਼ਾਸਨ ਦਾ। ਉਹ ਪਹਿਲਾਂ ਫਰਜ਼ੀਏ ਬਣਦਾ ਸਾਡਾ, ਸਾਥ ਦਈਏ ਪ੍ਰਸ਼ਾਸਨ ਦਾ। ਸਾਰੇ ਸਾਥ ਦਿਓ ਪ੍ਰਸ਼ਾਸਨ ਦਾ। ਡਾਕਟਰਾਂ ਦੀ ਡਿਊਟੀ ਵੇਖੀ ਨਹੀਂ ਖਤਰੇ ਤੋਂ ਖਾਲੀ, ਕਰੋਨਾ ਮਰੀਜ਼ਾਂ ਨੂੰ ਕਿਵੇਂ ਸਾਂਭਦੀਆਂ ਨਰਸਾਂ ਦਾ ਰੱਬ ਵਾਲੀ। ਹਾਏ ਮਰੀਜ਼ਾਂ ਨੂੰ ਵੇ ਕਿਵੇਂ ਸਾਂਭਦੀਆਂ ਨਰਸਾਂ ਦਾ ਰੱਬ ਵਾਲੀ। ਕਿਤੇ ਭੀੜ ਨਾ ਇਕੱਠੀ ਕਰੀਏ, ਕਿਤੇ ਭੀੜ ਨਾ ਇਕੱਠੀ ਕਰੀ, ਗਮਾ ਕਰੋਨਾ ਵਾਚਣ ਦਾ। ਉਹ ਪਹਿਲਾਂ ਫਰਜ਼ੀਏ ਬਣਦਾ ਸਾਡਾ, ਸਾਥ ਦਈਏ ਪ੍ਰਸ਼ਾਸਨ ਦਾ। ਉਹ ਪਹਿਲਾਂ ਫਰਜ਼ੀਏ ਬਣਦਾ ਸਾਡਾ, ਸਾਥ ਦਈਏ ਪ੍ਰਸ਼ਾਸਨ ਦਾ। ਸਾਰੇ ਸਾਥ ਦਿਓ ਪ੍ਰਸ਼ਾਸਨ ਦਾ।
ਕਰਨਾ ਪੈਣਾ ਸਮੇਂ ਦੀ ਏ ਮਜਬੂਰੀ। ਹਾਏ ਪ੍ਰੇਜੀਏ ਸਭ ਨੂੰ ਕਰਨਾ ਪੈਣਾ ਸਮੇਂ ਦੀ ਏ ਮਜਬੂਰੀ। ਜੇ ਪੀ ਸਾਰੇ ਅਮਲ ਕਰੋ, ਜੇ ਪੀ ਸਾਰੇ ਅਮਲ ਕਰੋ, ਸਮਾਂ ਨੀ ਲੰਮੇ ਭਾਸ਼ਣ ਦਾ। ਉਹ ਪਹਿਲਾਂ ਫਰਜ਼ੀ ਬਣਦਾ ਸਾਡਾ ਸਾਥ ਦਈਏ ਪ੍ਰਸ਼ਾਸਨ ਦਾ। ਉਹ ਪਹਿਲਾਂ ਫਰਜ਼ੀ ਬਣਦਾ ਸਾਡਾ ਸਾਥ ਦਈਏ ਪ੍ਰਸ਼ਾਸਨ ਦਾ। ਉਹ ਸਾਰੇ ਸਾਥ ਦਿਓ ਪ੍ਰਸ਼ਾਸਨ ਦਾ, ਰਲ ਕੇ ਸਾਥ ਦਈਏ ਪ੍ਰਸ਼ਾਸਨ ਦਾ। ਆਜੋ ਸਾਥ ਦਈਏ ਪ੍ਰਸ਼ਾਸਨ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।